हाँ जी भैन, सत श्री अकाल जी सारिआं नूं। हुण सवेर सवेर दा टाइम है जी, ते आपां चलिआं साग तोड़न वास्ते बरसीन 'चों। बरसीन नूं लाउणा अज पाणी, फिर पाणी आ जाऊगा। पहलां आपां साग तोड़ के लिआउने आ, फिर होर कम्म शुरू करांगे जी। अज सारे कम्म बाद 'च करांगे, ते नाले आपां पहली वार साग तोड़ांगे जी। आपणे हुण साग हो गिआ फिर तां चलो घर दा ही हो जिआ करूगा। पहलां आपां जदों वी साग बणाया इक दो वार तां बस मुल लै के ही बणाया। चलो जी हुण चलदे आ। ਅਮਰੂਦ ਚੈੱਕ ਕਰਨੇ ਪੈਂਦੇ ਨੇ, ਜਿਹੜੇ ਆਹ ਕਾਟੋਆਂ ਦੇ ਤੋਤੇ ਨੇ ਨਾ, ਇਹ ਥੋੜ੍ਹਾ ਜਿਹਾ ਅਮਰੂਦ ਖਾਂਦੇ ਨੇ, ਫਿਰ ਬਾਕੀ ਸਾਰਾ ਉਹ ਦੇਖੋ ਤੁਹਾਨੂੰ ਦਿਖਾਉਂਦੇ 2 ਕਿੱਡੇ ਕਿੱਡੇ ਅਮਰੂਦ, ਥੋੜ੍ਹੇ ਥੋੜ੍ਹੇ ਖਾ ਕੇ ਨਾ ਫਿਰ ਸਿੱਟਦੇ ਇਹਨਾਂ ਨੇ। ਉਹ ਵਾਲੀ ਟਾਹਣੀ 'ਤੇ ਨਾ ਬਹੁਤ ਵੱਡੇ ਅਮਰੂਦ ਲੱਗੇ ਹੋਏ ਨੇ, ਉੱਥੇ ਨਾ ਆਪਣੇ ਹੱਥ ਨਹੀਂ ਜਾਂਦਾ, ਤਾਂ ਕਰਕੇ ਉੱਥੋਂ ਤਾਂ ਨਹੀਂ ਆਪਾਂ ਤੋੜਾਂਗੇ। ਆਹ ਨੇੜੇ ਦੇ ਜਿਹੜੇ ਆਹ ਦੇਖੋ ਕਿੰਨਾ ਬੜਾ ਅਮਰੂਦ ਹੈ, ਇਹ ਬਸ ਖਰਾਬ ਕਰਤਾ। ਆਹ ਦੇਖੋ ਕਿੰਨਾ ਬੜਾ ਅਮਰੂਦ ਹੈ, ਇਹਨਾਂ ਨੇ ਖਰਾਬ ਕਰਤਾ। ਇਹਦੇ ਵਿੱਚੋਂ ਆਹ ਪੱਕਾ ਹੈ ਵੀ ਆਪਾਂ ਤੋੜ ਲਾਂਗੇ, ਅਤੇ 3 ਅਮਰੂਦ ਨਾ ਉਹ ਉੱਪਰ ਖੜੇ ਨੇ ਬੜੇ ਬੜੇ, ਦੇਖਿਓ ਦੇਖੋ ਕਿੱਡੇ ਕਿੱਡੇ 3 ਉਹ ਆਪਣੇ ਨਾ ਕੁੰਡੀ ਨਾਲ ਟੁੱਟਣਗੇ, ਹੱਥ ਨਾਲ ਤਾਂ ਨਹੀਂ ਇਹ ਟੁੱਟ ਸਕਦੇ ਹੈਗੇ। ਇਹ ਇੱਥੇ ਰੱਖਦੇ ਆਪਾਂ ਹੁਣ, ਹੋਰ ਦੇਖਦੇ ਹਾਂ ਜੀ। ਦੇਖੋ ਕਿੰਨੇ ਗੁੱਛਿਆਂ ਦੇ ਗੁੱਛੇ ਲੱਗੇ ਪਏ ਨੇ, ਜਿਹੜੇ ਛੋਟੇ ਛੋਟੇ, ਫਿਰ ਬਾਅਦ 'ਚ ਵੀ ਇਹ ਬਾਅਦ 'ਚ ਪੱਕਣਗੇ ਨਾਲ ਦੀ ਨਾਲ ਬਹੁਤ ਜ਼ਿਆਦਾ। ਬ੍ਰੈਂਡ ਦੇ ਕਾਹਨੂੰ ਚੱਕਣੇ ਥੱਲੇ ਦੇ? ਆ ਦੇਖੋ ਜਿਵੇਂ ਕਿੰਨਾ ਸਾਫ਼, ਕਿੱਡਾ ਬੜਾ ਅਮਰੂਦ ਹੈ, ਬਸ ਇਹਨਾਂ ਨੇ ਇੰਨਾ ਕੁ ਟੁੱਕਤਾ। ਫਿਰ ਜੇ ਆਪਾਂ ਨਹੀਂ ਤੋੜਾਂਗੇ ਤਾਂ ਇਹ ਨਹੀਂ ਖਰਾਬ ਹੋ ਜਾਣਾ ਜਾਂ ਡਿੱਗ ਜਾਣਾ। ਅੱਜ ਦੇ ਲਈ ਆਪਾਂ ਜਿਵੇਂ 3 ਮੈਂਬਰ ਆ, 3 ਅਮਰੂਦ ਬਹੁਤ ਨੇ। ਭੈਣੇ ਆ ਜਾਓ ਚੱਲੀਏ ਜੀ ਆਪਾਂ ਸਾਗ ਲੈਣ, ਨਾਲੇ ਤੁਹਾਨੂੰ ਖੇਤਾਂ ਦੀ ਸੈਰ ਕਰਾਉਂਦੇ ਹਾਂ, ਨਾਲੇ ਸਵੇਰੇ ਸਵੇਰੇ ਤਾਜ਼ਾ ਤਾਜ਼ਾ ਤੋੜਦੇ ਹਾਂ ਜੀ ਸਾਗ, ਫਿਰ ਦੇਣਾ ਬਰਸੀਨ ਨੂੰ ਪਾਣੀ। ਹਵਾ ਜੀ ਨਾਲ ਇੰਨੇ ਆ ਪੱਤੇ ਪੁੱਤੇ ਖਿੰਜ ਜਾਂਦੇ ਨੇ, ਇਹ ਤਾਂ ਆਪਾਂ ਬਾਅਦ 'ਚ ਦੇਖਾਂਗੇ। ਫਿਰ ਸਾਰਾ ਕੁਛ ਆ ਦੇਖੋ, ਹਰਿਆਈ ਕਿੰਨੀ ਵਧੀਆ ਲੱਗ ਰਹੀ ਹੈ, ਦੇਖੋ ਕਿੱਥੇ ਜਾ ਕੇ ਹੋਇਆ ਅਮਰੂਦ ਦਾ ਪੇਡ। ਆ ਦੇਖੋ ਫਿਰ ਝਲਾ ਦੇਵੇ ਪੱਟ ਕੇ ਇੱਥੋਂ, ਹੈ ਨਾ। ਹਾਂਜੀ ਭੈਣੇ, ਤੁਹਾਡੇ ਵਾਸਤੇ ਅਮਰੂਦ ਇਹ ਆਪਾਂ ਇੱਥੇ ਰੱਖ ਕੇ ਜਾਂਦੇ ਹਾਂ ਜੀ। ਚਲੋ ਚੱਲੀਏ। ਸਰ੍ਹੋਂ ਹੈ ਬੀਜੀ ਹੋਈ। ਆਪਾਂ ਜੀ ਇਹ ਤੁਹਾਨੂੰ ਦੱਸਿਆ ਸੀ ਇਹ ਲੱਕੜਾਂ ਦੇ ਐਵੇਂ ਪਾੜ ਬਣਾ ਲੈਣੇ ਨੇ, ਫਿਰ ਚੁੱਲ੍ਹੇ 'ਤੇ ਕੁਕਿੰਗ ਕਰਿਆ ਕਰਾਂਗੇ। ਉਰੇ ਜੀ ਮੈਂ ਸਾਰਾ ਢੇਰ ਸੀ ਨਾ ਡੱਕਿਆਂ ਦਾ, ਸਾਰੇ ਜਿਵੇਂ ਗਰਮੀ 'ਚ ਜੀਰੀ ਲਾਈ ਹੈ ਹੈ ਨਾ, ਆਪਣੇ ਭਈਏ ਜੀਰੀ ਲਾਉਣ ਆਉਂਦੇ ਨੇ, ਉਹਨਾਂ ਨੇ ਜਾਲ ਲਏ। ਲੱਗ ਗਈ ਕਣਕ ਨਿਕਲਣ। ਛੋਟਾ
ਸਾਗ ਚ ਆ ਗਿਆ ਤੇ ਤੁਹਾਨੂੰ ਦੱਸਿਆ ਵੀ ਨੇ ਮਿਕਸ ਸਰੋਂ ਬੀਜੀ ਹੋਈ ਆਪਾਂ ਨੇ ਤੇ ਬਰਸੀਨ ਹੋ ਗਿਆ ਇਹਦੇ ਵਿੱਚ ਇਹ ਰੇਲੀ ਸਰੋਂ ਹੋ ਗਈ ਹਨਾ ਇਹ ਜਿਵੇਂ ਗੋਭੀ ਸਰੋਂ ਹੋ ਗਈ ਆ ਦੇਖੋ ਇਹਦਾ ਨਾ ਆਪਾਂ ਨੇ ਪੱਤਾ ਪੱਤਾ ਤੋੜਨਾ ਇਹਦੀ ਗੰਦਲ ਵੀ ਹੋ ਜਾਂਦੀ ਆ ਤੇ ਗੋਭੀ ਸਰੋਂ ਦਾ ਸਾਗ ਨਾ ਰੇਲੀ ਸਰੋਂ ਚਾਈਨੀਜ਼ ਵਿੱਚ ਸਾਰਾ ਕੁਝ ਮਿਕਸ ਕਰਕੇ ਬਹੁਤ ਵਧੀਆ ਲੱਗਦਾ ਹੁਣ ਆਪਾਂ ਇੱਥੋਂ ਸਟਾਰਟ ਹੋਵਾਂਗਾ ਪਿੱਛੇ ਤਾਂ ਬਹੁਤ ਜ਼ਿਆਦਾ ਬੜਾ ਹੋ ਗਿਆ ਸਾਗ ਆਪਾਂ ਕਰਦੇ ਹਾਂ ਜੀ ਸਟਾਰਟ ਕਰ ਲਿਆ ਆਪਾਂ ਨੇ ਸਾਗ ਤੋੜਨਾ ਫਟਾਫਟ ਇਹਨੇ ਬਿਲਕੁਲ ਟਾਈਮ ਨਹੀਂ ਲੱਗਣਾ ਕਿਉਂਕਿ ਆਪਾਂ ਪਹਿਲਾਂ ਹੀ ਐਂ ਤੋੜਦੇ ਇਹਨੂੰ ਇੰਨੀ ਸਮਾਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈਗੀ ਇਹ ਜਿਹੜੇ ਰੈਲੀ ਸਰੋਂ ਹੁੰਦੀ ਉਹਦੇ ਗੰਦਲਾਂ ਦਾ ਸਾਗ ਤਾਂ ਮਿੱਠਾ ਬਣਦਾ ਪੱਤੇ ਦਾ ਕੌੜਾ ਪਰ ਜਿਹੜੀ ਗੋਭੀ ਸਰੋਂ ਹੈ ਇਹਦਾ ਮਿੱਠਾ ਹੀ ਬਣਦਾ ਅਤੇ ਹੁਣ ਆਪਾਂ ਐਵੇਂ ਕਰਕੇ ਸਾਰਾ ਸਾਗ ਤੋੜ ਕੇ ਇੱਕ ਛੋਟੀ ਬਾਲਟੀ ਭਰ ਕੇ ਲੈ ਜਾਵਾਂਗੇ ਅਤੇ ਟੇਸਟੀ ਜਿਹਾ ਸਾਗ ਬਣਾਵਾਂਗੇ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਹੁਣ ਜੇ ਇੱਧਰ ਆਪਾਂ ਸੰਘਣੇ ਸੰਘਣੇ ਸਾਗ 'ਚ ਆ ਗਏ ਉੱਥੇ ਤਾਂ ਛਿੱਦਾ ਛਿੱਦਾ ਸੀਗਾ ਨਾ ਆਹ ਦੇਖੋ ਕਿੰਨਾ ਜ਼ਿਆਦਾ ਹੈ ਇੱਥੇ ਹੁਣ ਆਪਾਂ ਨੂੰ ਤੋੜਨ ਨੂੰ ਬਿਲਕੁਲ ਟਾਈਮ ਨਹੀਂ ਲੱਗਣਾ ਜਿਵੇਂ ਹੁਣ ਤਰੇਲ ਜੀ ਪਈ ਹੈ ਜੇ ਆਪਾਂ ਵਿੱਚ ਵੀ ਨਾ ਵੜੀਏ ਸਾਗ ਦੇ ਤਾਂ ਇੱਥੋਂ ਬੈਠ ਕੇ ਆਰਾਮ ਨਾਲ ਤੋੜ ਸਕਦੇ ਆ ਤੋੜਨ ਨੂੰ ਤੁਹਾਨੂੰ ਟਾਈਮ ਲੱਗਦਾ ਦੇਖੋ ਆਪਾਂ ਪੱਤਾ ਪੱਤਾ ਤਾਂ ਤੋੜਿਆ ਫਿਰ ਨਾ ਸੁਆਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਝਾੜ ਕੇ ਧੋ ਲਓ ਧੋ ਕੇ ਫਿਰ ਇਹਨੂੰ ਕੱਟ ਲਓ ਆਪਣਾ ਕੰਮ ਨਿਬੇੜ ਕੇ ਰੋਟੀ ਪਾਣੀ ਖਾ ਕੇ ਫਿਰ ਇਹਨੂੰ ਆਰਾਮ ਨਾਲ ਬਣਾਵਾਂਗੇ ਜੀ ਹੁਣ ਆਪਣੇ ਕੋਲ ਹੈਗੀ ਗੋਭੀ ਦੀ ਸਬਜ਼ੀ ਨਾਲ ਫੁਲਕਾ ਬਣਾਉਂਦੇ ਹਾਂ ਇੱਧਰ ਆਪਣੀ ਬਣੀ ਹੋਈ ਆਲੂ ਗੋਭੀ ਦੀ ਸਬਜ਼ੀ ਆਟਾ ਗੁੰਨਿਆ ਅਤੇ ਆਹ ਸਬਜ਼ੀ ਔਰ ਦਹੀਂ ਪਾ ਕੇ ਜੀ ਦਹੀਂ ਵੀ ਸੋਹਣਾ ਜੰਮ ਗਿਆ ਪ੍ਰਸ਼ਾਦਾ ਤਿਆਰ ਕਰਕੇ ਫਟਾਫਟ ਖਾ ਕੇ ਰੋਟੀ ਫਿਰ ਆਪਾਂ ਜੀ ਝਾੜੂ ਪੋਚਾ ਕਰਕੇ ਫਿਰ ਸਾਗ ਸਮਾਰ ਕੇ ਆਪਾਂ ਸਾਗ ਦਾ ਕੰਮ ਸ਼ੁਰੂ ਕਰਾਂਗੇ ਹੁਣ ਪ੍ਰਸ਼ਾਦਾ ਹੋ ਗਿਆ ਜੀ ਤਿਆਰ ਗੋਭੀ ਦੀ ਸਬਜ਼ੀ ਗਰਮ ਗਰਮ ਘੀ ਪਾ ਕੇ ਅੱਜ ਮੱਖਣ ਬਣਾਇਆ ਨਹੀਂ ਗਿਆ ਜੀ ਸਲਾਦ ਵਗੈਰਾ ਲੱਸੀ ਦਾ ਬੜਾ ਗਲਾਸ ਮੱਕੀ ਦੀਆਂ ਰੋਟੀਆਂ ਫਿਰ ਆਪਾਂ ਬਣਾਵਾਂਗੇ ਜੀ ਫਰੀ ਹੋ ਕੇ ਸਾਗ ਸਾਗ ਦੀਆਂ ਹੋ ਗਈਆਂ ਜੀ ਤਿਆਰੀਆਂ ਲਸਣ ਛਿੱਲ ਰਹੇ ਨੇ ਪੁਸ਼ਪਿੰਦਰ ਜੀ ਸਾਗ ਆ ਸਮਾਰ ਕੇ ਬਿਲਕੁਲ ਕਰਕੇ ਸਾਫ਼ ਸੁਥਰਾ ਵਿੱਚ ਗੰਦਲਾਂ ਵਿੱਚ ਦੂਜਾ ਐਨ ਰੱਖਤਾ ਹੁਣ ਬਣਾਉਂਦੇ ਹਾਂ ਹੁਣ ਆਪਾਂ ਬਣਾਇਆ ਹੋਇਆ ਹੀ ਦਿਖਾਵਾਂਗੇ ਜੀ ਤੁਹਾਨੂੰ
ਤੁਹਾਨੂੰ ਦਿਖਾਉਂਦੇ ਆ ਜੀ, ਭੁੰਨਿਆ ਹੋਇਆ ਲਸਣ ਭੁੱਜਿਆ ਹੋਇਆ। ਇਹ ਨਾ ਜਿਵੇਂ ਆਪਾਂ ਸ਼ੱਕਰਕੰਦੀ ਨੂੰ ਭੁੰਨਦੇ ਹਾਂ ਜਾਂ ਆਲੂ ਭੁੰਨਦੇ ਹਾਂ ਜੀ ਅੱਗ 'ਚ, ਤਾਂ ਇਹ ਐਵੇਂ ਭੁੰਨਿਆ ਜਾਂਦਾ ਲਸਣ। ਅਤੇ ਕਿਵੇਂ ਦਾ ਲੱਗਿਆ? ਵਧੀਆ ਲੱਗਦਾ, ਮੈਂ ਤਾਂ ਨਹੀਂ ਖਾ ਸਕਦੀ। ਚੁੱਲ੍ਹੇ 'ਚ ਭੁੰਨਿਆ ਹੋਇਆ ਬਹੁਤ ਵਧੀਆ ਲੱਗਦਾ ਹੈ। ਇੱਧਰ ਸਾਗ ਰਿੱਝ ਰਿਹਾ ਹੈ ਜੀ, ਅਤੇ ਆਪਣਾ ਸਾਗ ਅੱਧ ਰਿੱਝਿਆ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾ ਲਾਂਗੇ। ਮਸਾਲੇ 'ਚ ਉਹੀ ਜੀ ਲਸਣ, ਪਿਆਜ਼, ਅਦਰਕ, ਹਰੀ ਮਿਰਚ, ਸਾਰਾ ਕੁਛ ਹੈ। ਅਤੇ ਨਮਕ ਆਪਾਂ ਪਹਿਲਾਂ ਪਾ ਤਾ ਸੀ ਜੀ, ਨਾਲੇ ਅਤੇ ਆਪਾਂ ਨੇ ਪਾਲਕ ਔਰ ਮੇਥੇ ਉੱਧਰੋਂ ਤੋੜ ਕੇ ਲਿਆਂਦੇ ਸੀਗੇ, ਸਾਗ ਆਪਣੇ ਲੱਗਿਆ ਹੋਇਆ। ਹੁਣ ਇਹ ਮਸਾਲਾ ਰਿੱਝ ਜੂਗਾ। ਹੁਣ ਸਾਗ ਰਿੱਝ ਗਿਆ ਜੀ, ਹੁਣ ਆਪਣਾ ਇਹਦੇ ਵਿੱਚ ਪਾਉਂਦੇ ਹਾਂ ਆਪਾਂ ਆਲਣ, ਮਤਲਬ ਕਿ ਮੱਕੀ ਦਾ ਆਟਾ ਘੋਲ ਕੇ। ਹੁਣ ਆਪਾਂ ਨੇ ਜੀ ਆਟਾ ਘੋਲ ਕੇ ਪਾਇਆ ਇਹਦੇ ਵਿੱਚ ਆਲਣ, ਅਤੇ ਹੁਣ ਇਹਨੂੰ ਐਵੇਂ ਐਵੇਂ ਕਰਕੇ ਘੋਟੀ ਚੱਲਾਂਗੇ, ਬਸ ਲਗਾਤਾਰ ਘੋਟੀ ਜਾਣ, ਨਾਲੇ ਆਪਣਾ ਆਲਣ ਘੁੱਲ ਜੂ ਅਤੇ ਨਾਲੇ ਸਾਗ ਰਿੱਝ ਜੂਗਾ। ਫਿਰ ਇਹਨੂੰ ਫਿਰ ਵੀ ਕਾਫੀ ਰਿੰਨਣਾ, ਕਿਉਂਕਿ ਨਾ ਆਲਣ ਫੁੱਲ ਜਾਂਦਾ ਨਾਲੇ ਕੱਚਾ ਨਹੀਂ ਰਹਿੰਦਾ ਜੀ। ਲਓ ਜੀ, ਕੁੱਕਰ ਐਨ ਫੁੱਲ ਹੋ ਗਿਆ, ਸਾਗ ਬਿਲਕੁਲ ਬਣ ਗਿਆ, ਇਹ 'ਚ ਮਸਾਲਾ ਆਲਣ ਸਾਰਾ ਕੁਛ ਪੈ ਗਿਆ, ਅਤੇ ਦੇਖੋ ਭਰ ਗਿਆ ਹੈ ਨਾ। ਅਤੇ ਹੁਣ ਇਹ ਮਸਾਲਾ ਵੀ ਰਿੱਝ ਗਿਆ ਜੀ। ਗੈਸ ਘੱਟ ਕਰਕੇ ਥੋੜ੍ਹਾ ਚਿਰ ਪਕਾ ਕੇ ਆਪਾਂ ਗੈਸ ਕਰ ਦਾਂਗੇ ਜੀ, ਫਿਰ ਬੰਦ। ਦੇਖੋ ਬਿਲਕੁਲ ਨਾ ਮਲਾਈ ਵਰਗਾ ਹੋਇਆ। ਜਿਹੜਾ ਜੀ ਰੈਲੀ ਸਰ੍ਹੋਂ ਦਾ ਸਾਗ ਹੁੰਦਾ ਅਤੇ ਗੋਭੀ ਸਰ੍ਹੋਂ 'ਚ ਫਰਕ ਹੁੰਦਾ, ਗੋਭੀ ਸਰ੍ਹੋਂ ਦਾ ਜਿਹੜੀ ਖੁਸ਼ਕ ਹੁੰਦੀ ਆ। ਦੇਖੋ ਆਪਾਂ ਨੇ ਅੱਧਾ ਕੁੱਕਰ ਬਣਾਇਆ ਸੀ, ਵਿੱਚ ਪਾਣੀ ਪੈ ਕੇ ਫਿਰ ਮਸਾਲਾ ਪਿਆ, ਫਿਰ ਆਲਣ ਪਿਆ, ਇਹ ਮਤਲਬ ਆਟਾ ਵੀ ਫੁੱਲ ਜਾਂਦਾ ਅਤੇ ਸਾਗ ਵੀ ਖੁਸ਼ਕ ਹੁੰਦਾ ਅਤੇ ਪਾਣੀ ਜ਼ਿਆਦਾ ਪੈਂਦਾ, ਆਪਣਾ ਕੁੱਕਰ ਭਰ ਗਿਆ। ਅਤੇ ਬਾਕੀ ਹੋਰ ਭੈਣ, ਅੱਜ ਆਪਣੇ ਕੋਲ ਸਾਗ ਵਾਧੂ ਹੈ ਜੀ, ਤੁਸੀਂ ਵੀ ਛਕੋ ਨਾਲ ਭੈਣ ਜੀ ਸਾਡੇ ਸਾਗ। ਇੱਧਰ ਦੇ ਰਹੇ ਜੀ ਸਟਰ ਨੂੰ ਗਰੀਸ, ਇਹ ਨਾ ਫਿਰ ਸਟਰ ਜਦੋਂ ਚੱਕਦੇ ਆ ਜਾਂ ਗੇਰਦੇ ਆ ਨਾ, ਫਿਰ ਇਹ ਕੈੜਾ ਜਿਹਾ ਨਹੀਂ ਲੱਗਦਾ, ਗਰੀਸ ਨਾਲ ਨਾ ਪੋਲਾ ਹੋ ਜਾਂਦਾ।